ਅਸੀਂ ਯਕੀਨ ਕਰਦੇ ਹਾਂ ਕਿ ਆਉਣ ਵਾਲਾ ਵਰਾ ਵੀ ਸਾਡੇ ਲਈ ਬਹੁਤ ਮੁਬਾਰਕ ਹੈ। ਇਹ ਸਾਰਾ ਹੀ ਸਾਲ ਸਾਡੇ ਲਈ ਮੁਬਾਰਕ ਸਾਲ ਆ ਪ੍ਰਭੂ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੱਕ ਹੋਰ ਸਾਲ ਸਾਡੀ ਜ਼ਿੰਦਗੀ ਦੇ ਵਿੱਚ ਜੋੜ ਦਿੱਤਾ ਮੇਰੇ ਖੁਦਾਵੰਦ ਖੁਦਾ। ਪ੍ਰਭੂ ਅਸੀਂ ਸ਼ੁਕਰਗੁਜ਼ਾਰੀ ਕਰਦੇ ਹਾਂ ਕਿ 2024 ਸਾਡੀ ਬਰਕਤ ਦਾ ਸਾਲ ਆ। ਅਸੀਂ ਧੰਨਵਾਦ ਕਰਦੇ ਹਾਂ ਕਿ ਇਹ ਸਾਲ ਸਾਡੀ ਚੰਗਿਆਈ ਅਤੇ ਛੁਟਕਾਰੇ ਦਾ ਸਾਲ ਆ। ਇਹ ਸਾਲ ਸਾਡੀ ਖੁਸ਼ੀ ਦਾ ਸਾਲ ਆ। 2024 ਮੇਰੀ ਤੇ ਮੇਰੇ ਪਰਿਵਾਰ ਦੀ ਤੰਦਰੁਸਤੀ ਦਾ ਸਾਲ ਆ। ਤੁਸੀਂ ਆਪਣੇ ਲਈ ਇਹਨਾਂ ਚੀਜ਼ਾਂ ਨੂੰ ਲੈ ਸਕਦੇ ਹਾਂ। ਜਿੱਥੇ ਮੈਂ ਆਪਣੀ ਘੋਸ਼ਣਾ ਕਰਨੀ ਹੈ, ਤੁਸੀਂ ਆਪਣੀ ਘੋਸ਼ਣਾ ਕਰਨੀ ਹੈ। ਬੋਲੋ, ਇਹ ਸਾਲ ਮੇਰੀ ਖੁਸ਼ੀ ਦਾ ਸਾਲ ਆ। ਇਹ ਸਾਲ ਮੇਰੀ ਚੰਗਿਆਈ ਅਤੇ ਛੁਟਕਾਰੇ ਦਾ ਸਾਲ ਆ। ਇਹ ਸਾਲ ਮੇਰੀ ਤੰਦਰੁਸਤੀ ਦਾ ਸਾਲ ਹੈ। ਇਹ ਸਾਲ ਮੇਰੀ ਆਤਮਿਕ ਤਰੱਕੀ ਦਾ ਸਾਲ ਹੈ। ਇਹ ਸਾਲ ਮੇਰੇ ਕਾਰੋਬਾਰ ਦੀ ਬਰਕਤ ਦਾ ਸਾਲ ਹੈ। ਇਹ ਸਾਲ ਮੇਰੀ ਜ਼ਮੀਨ ਦੀ ਬਰਕਤ ਦਾ ਸਾਲ ਹੈ। ਇਹ ਸਾਲ ਮੇਰੇ ਮਾਲ ਡੰਗਰ ਦੀ ਬਰਕਤ ਦਾ ਸਾਲ ਹੈ। ਇਹ ਸਾਲ ਮੇਰੇ ਧੀਆਂ ਪੁੱਤਰਾਂ ਦੀ ਬਰਕਤ ਦਾ ਸਾਲ ਹੈ। ਇਹ ਸਾਲ ਸਾਡੇ ਕਾਮਯਾਬ ਹੋਣ ਦਾ ਸਾਲ ਹੈ। ਇਹ ਸਾਲ ਸਾਡੇ ਵਚਨ ਸਿੱਖਣ ਦਾ ਸਾਲ ਹੈ। ਇਹ ਸਾਲ ਮੇਰਾ ਪਰਮੇਸ਼ਵਰ ਵਧਣ ਦਾ ਸਾਲ ਹੈ। ਇਹ ਸਾਲ ਮੇਰੇ ਜੀਵਨ ਦੇ ਸੁਧਾਰ ਦਾ ਸਾਲ ਹੈ। ਇਸ ਸਾਲ ਵਿੱਚ ਮੇਰਾ ਹਿਰਦੇ ਪਰਿਵਰਤਨ ਹੋ ਰਿਹਾ ਹੈ। ਮੈਂ ਸਭ ਬੁਰੀਆਂ ਆਦਤਾਂ ਤੋਂ ਛੁਟਕਾਰਾ ਪਾ ਰਿਹਾ ਹਾਂ। ਮੈਂ ਸਭ ਮੁਕੱਦਮਿਆਂ ਤੋਂ ਛੁਟਕਾਰਾ ਪਾ ਰਿਹਾ ਹਾਂ। ਮੈਂ ਹਰ ਤਰ੍ਹਾਂ ਦੇ ਲੜਾਈ ਝਗੜਿਆਂ ਤੋਂ ਛੁਟਕਾਰਾ ਪਾ ਰਿਹਾ ਹਾਂ। ਮੈਂ ਹਰ ਤਰ੍ਹਾਂ ਦੇ ਵੈਰ ਵਿਰੋਧ ਤੋਂ ਛੁਟਕਾਰਾ ਪਾ ਰਿਹਾ ਹਾਂ। ਮੈਂ ਗਲਤ ਵਿਚਾਰਾਂ ਤੋਂ ਛੁਟਕਾਰਾ ਪਾ ਰਿਹਾ ਹਾਂ। ਮੈਂ ਗਲਤ ਆਦਤਾਂ ਤੋਂ ਛੁਟਕਾਰਾ ਪਾ ਰਿਹਾ ਹਾਂ। ਇਹ ਸਾਲ ਮੇਰੇ ਛੁਟਕਾਰੇ ਦਾ ਸਾਲ ਹੈ। ਮੇਰੀਆਂ ਸੋਚਾਂ ਪਵਿੱਤਰ ਹੋ ਰਹੀਆਂ ਹਨ। ਮੇਰੇ ਖਿਆਲ ਪਵਿੱਤਰ ਹੋ ਰਹੇ ਹਨ। ਮੇਰਾ ਵੇਖਣਾ ਪਵਿੱਤਰ ਹੋ ਰਿਹਾ ਹੈ। ਮੇਰਾ ਸੁਣਨਾ ਪਵਿੱਤਰ ਹੋ ਰਿਹਾ ਹੈ। ਮੇਰਾ ਬੋਲਣਾ ਪਵਿੱਤਰ ਹੋ ਰਿਹਾ ਹੈ। ਇਹ ਸਾਲ ਮੇਰੀਆਂ ਗਵਾਹੀਆਂ ਦਾ ਸਾਲ ਹੈ। ਇਹ ਸਾਲ ਮੇਰੀ ਸ਼ਾਂਤੀ, ਪ੍ਰੇਮ ਅਤੇ ਆਨੰਦ ਨਾਲ ਭਰਨ ਦਾ ਸਾਲ ਹੈ। ਇਹ ਸਾਲ ਮੇਰੇ ਪਾਪ ਵਿੱਚੋਂ ਬਾਹਰ ਨਿਕਲਣ ਦਾ ਸਾਲ ਹੈ। ਇਹ ਸਾਲ ਮੇਰੇ ਜੀਵਨ ਵਿੱਚ ਹਲੀਮ ਹੋਣ ਦਾ ਸਾਲ ਹੈ।
ਇਸ ਸਾਲ ਵਿੱਚ ਮੈਂ ਧਰਮੀ ਬਣ ਰਿਹਾ ਹਾਂ, ਇਸ ਸਾਲ ਵਿੱਚ ਮੈਂ ਪਰਮੇਸ਼ਵਰ ਦੇ ਪਹਿਲਾਂ ਨਾਲੋਂ ਵੱਧ ਨਜ਼ਦੀਕ ਆ ਰਿਹਾ ਹਾਂ, ਇਸ ਸਾਲ ਵਿੱਚ ਮੈਂ ਪਰਮੇਸ਼ਵਰ ਦੇ ਸਭ ਹੁਕਮ ਮੰਨਣੇ ਸਿੱਖ ਰਿਹਾ ਹਾਂ, ਇਸ ਸਾਲ ਮੇਰਾ ਨਵਾਂ ਜੀਵਨ ਜੀਣ ਦਾ ਸਾਲ ਹੈ, ਇਹ ਸਾਲ ਮੇਰਾ ਉਤਸਵ ਮਨਾਉਣ ਦਾ ਸਾਲ ਹੈ, ਇਹ ਸਾਲ ਮੇਰੀ ਆਜ਼ਾਦੀ ਦਾ ਸਾਲ ਹੈ, ਇਹ ਸਾਲ ਹਰ ਸਮੱਸਿਆ ਦੇ ਖਤਮ ਹੋ ਜਾਣ ਦਾ ਸਾਲ ਹੈ, ਇਹ ਸਾਲ ਮੇਰਾ ਵਿਛੜਿਆਂ ਦੇ ਨਾਲ ਮਿਲਣ ਦਾ ਸਾਲ ਹੈ, ਇਹ ਸਾਲ ਅੱਜ ਤੱਕ ਦਾ ਮੇਰੇ ਲਈ ਸਭ ਤੋਂ ਬਿਹਤਰ ਸਾਲ ਹੈ, ਮੇਰਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਅਰੇ ਇਹ ਕਦੀ ਵੀ ਖਤਮ ਨਹੀਂ ਹੁੰਦਾ, ਇਹ ਸਾਲ ਮੇਰਾ ਗਰੋਥ ਦਾ ਸਾਲ ਹੈ, ਸੱਚਮੁੱਚ ਮੈਂ ਵੱਧਦਾ ਹੀ ਜਾਂਦਾ ਹਾਂ ਨੇਕੀਆਂ ਦੇ ਵਿੱਚ, ਭਲਾਈਆਂ ਦੇ ਵਿੱਚ, ਚੰਗਿਆਈਆਂ ਦੇ ਵਿੱਚ, ਤੰਦਰੁਸਤੀ ਦੇ ਵਿੱਚ, ਬਰਕਤ ਦੇ ਵਿੱਚ, ਪ੍ਰਾਰਥਨਾ ਕਰਨ ਦੇ ਵਿੱਚ, ਵਚਨ ਪੜ੍ਹਨ ਦੇ ਵਿੱਚ, ਵਚਨ ਸਿੱਖਣ ਦੇ ਵਿੱਚ, ਕਮਾਈ ਕਰਨ ਦੇ ਵਿੱਚ ਮੈਂ ਵੱਧਦਾ ਹੀ ਜਾ ਰਿਹਾ ਹਾਂ, ਸੱਚਮੁੱਚ ਮੈਂ ਵੱਧਦਾ ਹੀ ਜਾ ਰਿਹਾ ਹਾਂ, ਕਿਉਂਕਿ ਇਹ ਮੇਰਾ ਸੀਜ਼ਨ ਹੈ, ਮੈਂ ਜੋ ਚੰਗਾ ਬੀਜਿਆ ਮੈਂ ਇਸ ਸਾਲ ਵਿੱਚ ਵੱਢਣ ਜਾ ਰਿਹਾ ਹਾਂ। ਪਰਮੇਸ਼ਵਰ ਦੇ ਵੱਡੇ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪਾਸਟਰ ਦਿਓਲ ਖੋਜੇਵਾਲਾ ਤੇ ਸਾਡਾ ਫੇਸਬੁੱਕ ਪੇਜ ਪਾਸਟਰ ਦਿਓਲ ਖੋਜੇਵਾਲਾ।